Eu não sei se você está fazendo isso.
You may have a little bit of a problem.
Let's go. ਉਹ ਵੀ ਚੱਲੀ ਆ ਉਹਦੀ ਵੰਡ ਵੀ ਆਪਣੇ ਤੋਂ ਖਾ ਸਕਦੇ ਹੈਗੇ
ਸਰ ਕਲੌੜ ਪਿੰਡ ਦੀ ਟੋਟਲ 60 ਏਕੜ ਜ਼ਮੀਨ ਹੈ ਪੰਚਾਇਤੀ ਕੋਲ ਤੇ ਮੈਨੂੰ ਤੇ ਇੱਕ ਵਾਰ ਨਗਰ ਦਾ ਉੱਪਰ ਸੰਗਲ ਨਗਰ ਦੇ ਇਸ ਪਿੰਡ ਦੀਆਂ ਚਾਰ ਪੰਚਾਇਤਾਂ ਨੇ ਸਰ ਇਹਨੇ ਤੇ ਇੱਕ ਵਾਰ ਨਗਰ ਦੇ ਸਰਪੰਚ ਖੜੇ ਨੇ ਇਹ ਐਸਸੀਓ ਵੀ ਜੀ ਕਲੌੜ ਖੁਰਦ ਲਖਵਿੰਦਰ ਸਿੰਘ ਇਹਨਾਂ ਦੀ ਮਦਰ ਹੈ ਜੀ ਸੁਖਬੀਰ ਕੌਰ ਇਹ ਜਨਰਲ ਹੋ ਗਈ ਸੀਟ ਜੀ ਤੇ ਮੈਂ ਮੇਨ ਕਲੌੜ ਦਾ ਹੋ ਗਈ ਇਸ ਪਿੰਡ ਦੀ 60 ਏਕੜ ਜ਼ਮੀਨ ਟੋਟਲ ਜੀ 2000 ਟੋਟਲ ਜੀ ਤਕਰੀਬਨ 1500 ਜੀ ਬਸ ਐਸੀ ਇਹਨਾਂ ਦੀ ਆਪਣਾ 20 ਵੋਟਾਂ ਨੇ ਸਾਰੀਆਂ ਜੀ ਬਸ ਬਸ ਬਹੁਤ ਛੋਟੇ ਵੋਟਾਂ ਨੇ ਬਣ ਬਹੁਤ ਛੋਟੀ ਹੋਈ ਛੋਟੀ ਕਿੰਨੀ ਮੇਰੀ ਜੀ 2700 ਵੋਟ ਹੈ ਅਤੇ 5300 ਦੀ ਵੱਧ ਜੀ ਅਤੇ ਐਸੀ ਕਿੰਨੀ 90% 95% ਐਸੀ ਹੈ ਪਰਸੈਂਟ ਤੋਂ ਉੱਪਰ ਜ਼ਿਆਦਾ 95% ਐਸੀ ਹੈ ਜੀ 5% ਜਨਰਲ ਐਸੀ ਜੀ ਤੁਹਾਡੇ ਤਾਂ ਐਸੀ ਦੇ ਪ੍ਰਾਇਰਟੀ ਬੇਸਿਸ ਕੰਮ ਹੋਣਗੇ ਹੋਣਗੇ ਜੇ ਗਵਰਨਮੈਂਟ ਦੀ ਰੂਲਿੰਗ ਆ ਇਸੇ ਸਾਲ ਪੜ੍ਹਿਆ ਤੁਹਾਨੂੰ ਜੋ ਇਹ ਵੀ ਮੂਲੀ ਕਰਕੇ ਵੀ ਜ਼ਿਆਦਾ ਪੋਪੂਲੇਸ਼ਨ ਦੇ ਐਸੀ ਦੇ ਕੰਮ ਪਹਿਲੇ ਪੈਰ ਦੇ ਹੋਣੇ ਹੋਣੇ ਜਾਂ ਜਿਹੜਾ ਮਰਜ਼ੀ ਮਤਲਬ ਉੱਪਰ ਸਾਰਿਆ ਉਹਨਾਂ ਜਿਹੜੀ ਜ਼ਮੀਨ ਦੀ ਵੰਡ ਹੋਗੀ ਜੀ ਸਰਪੰਚ ਸੀ ਜੀ ਮੇਰੇ ਪਿੰਡ ਮੌਜੂਦਾ ਜੀ ਇਹ ਕੋਈ ਕਿੱਤਾ ਹੈ ਜਿੰਦਾ ਨੇ 13-12 ਦੇ ਵਿੱਚ ਹਾਂ ਗੱਲ ਕਰਨੀ ਕਿ ਚਾਰ ਸਾਲ ਖੇਤਾਂ ਨੇ ਦਿੱਤਾ ਹੈ ਹੋਰ ਕਾਰਡੇ 'ਚ ਵੀ ਹੈ ਜੀ ਕਾਰਡ ਦਿੱਤਾ ਉਹ ਠੇਕਾ ਤੁਹਾਨੂੰ ਕਿਤਨਾ ਦਿੱਤਾ ਕਿਹੜੀ ਦਿੱਤਾ ਤੁਹਾਨੂੰ ਨਾ ਤੁਸੀਂ ਉਸ ਟਾਈਮ ਨਾਲ ਆਉਂਦੇ ਇਹ ਮੈਨੂੰ ਕੋਈ ਜ਼ਮੀਨ 'ਚ ਨਹੀਂ ਮਿਲਦੇ ਤੇ ਮੈਨੂੰ ਦਾਅਵਾ ਤੇ ਕਰਨਾ ਪਿਆ ਆਤਮ ਹੱਤਿਆ ਵਾਸਤੇ ਇਹਦੀ ਜੋ ਪਰ ਕਾਗਜ਼ ਆਇਆ ਉਹਨਾਂ ਦੇ ਪ੍ਰੈਸ਼ਰ ਨਾਲ ਇਹਨਾਂ ਨੇ ਮੈਨੂੰ ਪੈਸੇ ਪਹਿਲਾਂ ਜਦੋਂ 2008 ਦੇ ਵਿੱਚ ਮੈਂ ਪੈਸੇ ਭਰੇ ਨੌਜਵਾਨ ਘਰ ਪੈਸੇ ਦੇ ਦਿੱਤਾ ਠੀਕ ਆ ਇਹਨਾਂ ਕਹਿ ਰਹੀ ਬੰਦ ਹੋ ਗਈ ਆ ਜਦੋਂ ਬੰਦੇ ਵਾਸਤੇ ਕੁਝ ਕਰ ਦਿੰਦੀ ਸੀ ਮੇਰੇ ਕੋਲ ਉਹਨਾਂ ਦੇ ਪੈਸੇ ਬਣਾਏ ਗਏ ਜਦੋਂ ਮੇਰਾ ਰਿਕਾਰਡ ਦੇ ਦਿੱਤਾ ਵੀ ਇਹ ਕਹਿੰਦੇ ਨਾ 4 ਸਾਲ ਹੋ ਗਏ ਨੇ ਡੇਢੇ ਵੀ ਮੇਰਾ 7 ਸਾਲ ਦਾ ਰਿਕਾਰਡ ਦੇ ਦਿਓ ਕਿ ਇੱਕ ਵੀ ਵਾਰੀ ਚੋਤਾ ਮੈਂ ਤੋੜਿਆ ਹੋਵੇ ਤੁਸੀਂ ਮੰਨੋ ਵੀ ਜੇ 7 ਸਾਲ ਦਾ ਨਹੀਂ ਤੋੜਦਾ ਤਾਂ ਕਿੰਨਾ ਵਾਰੀ ਜੋ ਤੋੜਦਾ ਹੁਣ ਇਹਨਾਂ ਨੇ ਕੀਤਾ ਅਫਸਰਾਂ ਤੋਂ ਨਹੀਂ ਕਾਰਵਾਈ ਕਰ ਰਹੇ ਇੰਨਾ ਗਲਤ ਕੰਮ ਕੀਤਾ ਉਹ DDPO ਦੇ ਪ੍ਰੈਸ਼ਰ ਦੇ ਰਾਜ ਨੇ ਇਹਨਾਂ ਨੇ ਉੱਥੋਂ ਪੈਸੇ ਭਰਾ ਲਏ ਉਹ ਜ਼ਮੀਨ ਫੇਰਦਾ ਚਾਹੀਦਾ ਕਿਤੇ ਨਾ ਕਿਤੇ ਜੇ ਵੰਡ ਹੋ ਗਏ ਨਾ ਨਿਰਪੱਖ ਹੋਣੀ ਚਾਹੀਦੀ ਸੀ ਪੁੱਛ ਕੇ ਚੁਕੋਤੇਦਾਰਾਂ ਨੂੰ ਸਾਰੀ ਟੋਟਲ ਪੰਚਾਇਤ ਹੋਣੀ ਚਾਹੀਦੀ ਕਮਰਾ ਹੀ ਬਿਲਕੁਲ ₹70,000 ਸੀਗਾ ਸਾਲ ਹਰੇਕ ਦਾ 25% ਬਹੁਤ ਜ਼ਿਆਦਾ ਇਸ ਸਾਲ ਭਰ ਦੋ ਠੀਕ ਹੈ ਨਾ ਜਿਹੜਾ 21-22 ਵਾਲਾ ਇਹ ਕੋਟਾ ਭਰ ਦੋ 3-2.5 ਲੱਖ ਬਹੁਤ ਹੋ ਗਿਆ ਤੁਸੀਂ 6 ਲੱਖ ਵਿੱਚ ਜ਼ਮੀਨ ਲੱਗੀ ਦਿੱਤੀ ਗਈ ਹੈ ਠੀਕ ਹੈ ਨਹੀਂ ਸਰ ਨਿਰਮਾਣ ਦਿਆ ਮੈਂ ਤੁਹਾਨੂੰ ਸਹੀ ਗੱਲ ਉਹਨਾਂ ਨੂੰ ਵੀ ਸਿਰੇ ਦੇਣਾ ਜੇ ਸਿਰੇ ਪਾਣੀ ਉਹਦੇ 'ਚ ਵਧੀਆ ਕਰ ਦੋ ਗੱਲ 'ਚ ਬੋਲਦਾ ਸੀਗਾ
ਮਤਲਬ ਪਾਣੀ ਹੈ ਨਹੀਂਗਾ ਪਰਾਨੀ ਬਗੈਰ ਪਾਣੀ ਤੋਂ ਉਹਨਾਂ ਨੂੰ ਦੇ ਦੇਣਾ ਹੀ ਸਿਰੇ ਨੇੜੇ ਗਵਾਂਢੀਆਂ ਦੇ ਜਿਹੜੇ ਬੋਰ ਹੁੰਦੇ ਨੇ ਜੀ ਉਹਨਾਂ ਨੂੰ ਪਾਣੀ ਦੇ ਸਿਰੇ ਉਹਨਾਂ ਨੂੰ ਵਾਸਤੇ ਹਾਂਜੀ ਸਾਰੇ ਨਹੀਂ ਬੋਰ ਮੈਂ ਕਰਵਾ ਲਿਆ ਜੀ ਬੋਰ ਮੈਂ ਆਪਣੇ ਖੱਚੇ ਵੱਡੀ ਮੋਟਰ ਦੇ ਵਾਂਗ ਕਨੈਕਸ਼ਨ ਨਹੀਂ ਹੈਗਾ ਬਿਜਲੀ ਕਨੈਕਸ਼ਨ ਨਹੀਂ ਹੈਗਾ ਜੀ ਹੁਣ ਕੀ ਫੈਸਲਾ ਹੋਇਆ ਨਵਾਂ ਜੀ ਪੈਸੇ ਦੱਸਿਆ ਤੁਹਾਨੂੰ ਕਿ 3 ਸਾਲ ਦਾ ਜੋ ਇਹਦਾ ਚੁਕਾ ਸੀ ਮਾਫ ਕਰ ਦਿੱਤਾ 2.5 ਲੱਖ ਰੁਪਏ ਦਾ ਤੇ ਹੁਣ ਮੌਜੂਦਾ 21-22 ਵਾਲਾ ਭਰਨਗੇ ਪੰਚਾਇਤ ਦੀ 2010 ਤੋਂ ਬਾਅਦ ਬੰਦ ਹੋ ਗਈ 4 ਪੰਚਾਇਤਾਂ ਬਣ ਗਈਆਂ ਇਹਨਾਂ ਜ਼ਮੀਨ ਇਹਨਾਂ ਦੀ ਪੰਚਾਇਤ 'ਚ ਆ ਗਈ ਅਤੇ ਉਹ ਤਾਂ ਉੱਥੇ ਭਰਨਗੇ ਸਾਰੇ ਸਰਪੰਚ ਸਹਿਮਤ ਵੀ ਹੁਣ ਸਹਿਮਤੀ ਕਰਾ ਕੇ ਮੈਂ ਸਾਈਨ ਕਰਾ ਕੇ ਹਦਾਇਤਾਂ ਦੇ ਕੇ ਜਾਊਂਗਾ ਅਤੇ ਕਿੰਨਾ ਦਾ ਇਲੈਕਟ੍ਰਿਸਿਟੀ ਦਾ ਜਿਹੜਾ ਮੀਟਰ ਆ ਉਹ ਪੰਚਾਇਤ ਨੂੰ ਹਦਾਇਤ ਦੇਤੀ ਹੈ ਪੰਚਾਇਤ ਆਪਣੇ ਨਾਮ 'ਤੇ ਮੀਟਰ ਲਾਊਗੀ ਸੇਵਾ ਸਿੰਘ ਨੇ ਪੁੱਛਿਆ ਸਹਿਮਤ ਨੇ ਨਹੀਂ ਬਸ ਜਦੋਂ ਇਹ ਸਾਰਾ ਮਾਮਲਾ ਸੋਚੂਗਾ ਜੋ ਆਪਣਾ ਆਰਡਰ ਦਿੱਤੇ ਨੇ ਐਗਜੈਕਟਲੀ ਉਵੇਂ ਹੋ ਜੂਗਾ ਅੱਗੇ ਕੋਈ ਡਿਸਪਿਊਟ ਹੋਰਾਂ ਅਦਾਇਗੀ ਕਰਦਾ ਰਹੇਗਾ ਜੇਕਰ ਇਹ ਸਮੇਂ ਸਿਰ ਚੁਕੌਤਾ ਨਹੀਂ ਭਰੇਗਾ ਤਾਂ ਇਸ ਵਿਰੁੱਧ ਨਿਯਮਾਂ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।